ਜ਼ਿੰਦਾਬਾਦ, ਕਿਸਾਨੀ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨੀ ਮਜ਼ਦੂਰ ਏਕਤਾ ਜ਼ਿੰਦਾਬਾਦ। ਅੱਜ ਜਿਹੜਾ ਫੇਰ ਜਿਹੜਾ ਦਿੱਲੀ ਦੇ ਵਿੱਚ ਇੱਕ ਜਿਹੜੀ ਆ ਉਹ ਮਹਾਂਪੰਚਾਇਤ ਹੋ ਰਹੀ ਆ ਅਤੇ ਉਹਦੇ ਲਈ ਜਿਹੜੇ ਵੱਖ ਵੱਖ ਪਿੰਡਾਂ ਤੋਂ ਜਿਹੜੇ ਕਿਸਾਨ ਆ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ ਅਤੇ ਅੱਜ ਸ਼ੰਕਰ ਪਿੰਡ ਦੇ ਵਿੱਚ ਆਪਾਂ ਖੜ੍ਹੇ ਹਾਂ ਅਤੇ ਇੱਥੋਂ ਵੀ ਜਿਹੜਾ ਕਿਸਾਨਾਂ ਦਾ ਜਥਾ ਜਿਹੜਾ ਆ ਉਹ ਦਿੱਲੀ ਵੱਲ ਨੂੰ ਜਿਹੜਾ ਉਹ ਚਾਲੇ ਪਾ ਰਿਹਾ ਅਤੇ ਆਪਾਂ ਗੱਲ ਕਰਦੇ ਹਾਂ ਇਸ ਟਾਈਮ ਬੀ ਕੇ ਯੂ ਰਾਜੇਵਾਲ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਹੋਣਾ ਦੇ ਨਾਲ। ਹਾਂਜੀ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਦੇਖੋ ਜੀ, ਜਿਹੜੀ ਕੱਲ੍ਹ ਨੂੰ 14 ਤਰੀਕ ਦੀ ਰੱਖੀ ਹੋਈ ਆ ਮਹਾਂਪੰਚਾਇਤ, ਉਹਦੇ ਵਿੱਚ ਅਸੀਂ ਜਾ ਰਹੇ ਹਾਂ ਬੜੇ ਜ਼ੋਰ ਸ਼ੋਰ ਦੇ ਨਾਲ। ਦੇਖੋ, ਲੋਕਾਂ 'ਚ ਬੜਾ ਦਿਸ਼ਾ ਆ ਅਤੇ ਮੋਦੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਜੇ ਤੂੰ ਲੋਕਾਂ ਦੀ ਆਵਾਜ਼ ਨੂੰ ਦੱਬੇਗਾ ਤਾਂ ਹੋਰ ਜ਼ਿਆਦਾ ਇਹ ਆਵਾਜ਼ ਨੂੰ ਲੋਕ ਚੱਕਣਗੇ। ਅਤੇ ਅੱਜ ਅਸੀਂ ਬੜੇ ਜ਼ੋਰ ਦੇ ਨਾਲ ਦੇਖੋ ਆ ਕਿੱਦਾਂ ਲੋਕਾਂ ਦੇ ਵਿੱਚ ਦਿਸ਼ਾ ਆ, ਪੂਰੇ ਭਾਰਤ ਦੇ ਵਿੱਚੋਂ ਉੱਥੇ ਇਕੱਠ ਹੋਊਗਾ ਅਤੇ ਮੋਦੀ ਦੀ ਧੌਣ ਦੇ ਵਿੱਚੋਂ ਕੀਲਾ ਜਿਹੜਾ ਹੁਣ ਕੱਢ ਕੇ ਆਵਾਂਗੇ ਅਸੀਂ ਉੱਥੋਂ। ਇਹ ਜਿਹੜਾ ਇਹ ਲੰਬਾ ਸਮਾਂ ਇਹ ਧਰਨਾ ਲਾ ਹੋ ਰਿਹਾ ਜਾਂ ਮਹਾਂਪੰਚਾਇਤ ਹੋ ਰਹੀ ਹੈ? ਮਹਾਂਪੰਚਾਇਤ ਇੱਕ ਦਿਨ ਦੀ ਆ ਜੀ, ਇਹ ਜਿਹੜੀ 14 ਤਰੀਕ ਨੂੰ ਸਵੇਰ ਤੋਂ ਸ਼ਾਮ ਦੇ 4 ਵਜੇ ਤੱਕ ਆ, 4 ਵਜੇ ਸਮਾਪਤੀ ਆ। ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਕੀ ਮਾਹੌਲ ਬਣਦਾ ਆ, ਸਰਕਾਰ ਦਾ ਰਵੱਈਆ ਕਿੱਦਾਂ ਦਾ ਹੁੰਦਾ ਆ, ਪਰ ਹਜੇ ਇੱਕ ਦਿਨ ਦਾ ਹੀ ਆ ਜੀ ਇਹ। ਅਤੇ ਇਹਦੇ ਵਿੱਚ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਉਹ ਜਾ ਰਹੀਆਂ ਜਾਂ ਜਿਹੜੀ ਸਾਂਝੇ ਤੌਰ 'ਤੇ ਕਾਲ ਆ, ਕਿਹੜੀ ਕਿਹੜੀ ਜਥੇਬੰਦੀਆਂ ਵੱਲੋਂ? ਸੰਯੁਕਤ ਮੋਰਚਾ ਜਿਹੜਾ ਸਾਰਾ ਹੀ ਆ ਜੀ, ਸਾਰੇ ਹੀ ਜਾ ਰਹੇ ਆ, ਜਿੰਨਾ ਵੀ ਸੰਯੁਕਤ ਮੋਰਚੇ ਦੇ ਵਿੱਚ ਹੈਗੀਆਂ ਸ਼ਾਮਿਲ ਜਥੇਬੰਦੀਆਂ। ਬਾਕੀ ਬਾਹਰ ਸਾਰੇ ਆ ਰਹੇ